ਉਹਨਾਂ ਨੇ ਜੀ 7 ਦਿਨ ਦਾ ਰਿਮਾਂਡ ਮੰਗਿਆ ਸੀ ਵਿਜੀਲੈਂਸ ਬਿਊਰੋ ਨੇ, ਤੇ ਅਸੀਂ 3 ਦਿਨ ਦਾ ਰਿਮਾਂਡ ਦਿੱਤਾ ਉਹਨਾਂ ਨੂੰ ਜੱਜ ਸਾਹਿਬ ਨੇ। ਬੇਸਿਕਲੀ ਇੱਕ ਪਹਿਲਾਂ FIR ਹੋਈ ਸੀਗੀ, ਉਸ FIR ਤੋਂ ਐਮੀਨੇਟ ਕੀਤਾ ਇਹਨਾਂ ਨੇ ਡਿਸਪ੍ਰਪੋਰਸ਼ਨੇਟ ਐਸਿਡ ਦਾ ਕੇਸ, ਜੋ ਕਿ ਡਿਸਪ੍ਰਪੋਰਸ਼ਨੇਟ ਐਸਿਡ ਦਾ ਕੇਸ ਦਾ ਕੋਈ ਇਹਨਾਂ ਕੋਲ ਕੋਈ ਹੱਦ ਡਿਟੇਲ ਬਣਦੀ ਨਹੀਂ ਹੈ। ਇੱਕ ਫਲੈਟ ਹੈ ਉਹਨਾਂ ਦੇ ਬਾਹਦ ਨਾਮ, ਜੋ ਕਿ MLA ਉੱਥੇ ਇੱਕੋ ਉੱਥੇ ਮੁੱਲਾਪੁਰ ਹੈ, ਅਤੇ ਉਸ ਤੋਂ ਇਲਾਵਾ ਇੱਕ ਜੱਦੀ ਘਰ ਹੈ ਅਤੇ ਇੱਕ ਜੱਦੀ ਜ਼ਮੀਨ ਹੈ ਥੋੜ੍ਹੀ ਜਿਹੀ, ਉਹ ਜੋ ਉਹਨਾਂ ਨੇ ਐਨਸੈਸਟਰਲ ਅਤੇ ਮੁੱਲਾਪੁਰ ਵਾਲਾ ਜਿਹੜਾ ਲੋਨ ਫਲੈਟ ਹੈ ਉਹ ਵੀ ਲੋਨ 'ਤੇ ਹੈ, ਅੱਧੀ ਉਹਦੀ ਪੇਮੈਂਟ ਹਜੇ ਤੱਕ ਹੋਈ ਹੈ। ਡਿਸਪ੍ਰਪੋਰਸ਼ਨੇਟ ਐਸਿਡ ਦਾ ਕੇਸ ਬਣਾਉਣ ਲਈ ਯੂ ਹੈਵ ਟੂ ਅਮਾਸ ਵੈਲਥ ਬਿਓਂਡ ਯੋਰ ਮੀਨਸ।